ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਪੂਰੀ ਪਾਰਟੀ ਆਪਣੇ ਮੰਡਲ ਪ੍ਰਧਾਨ ਦੇ ਨਾਲ ਖੜੀ ਹੈ। ਮੈਨੂੰ ਲੱਗਦਾ ਹੈ ਕਾਂਗਰਸ ਕਰੋਨਾ ਦੀ ਆੜ ਵਿੱਚ ਸਾਡੇ ਜਿਹੜੇ ਜ਼ਿੰਮੇਵਾਰ ਲੀਡਰ ਆ ਉਹਨਾਂ ਨੂੰ ਤੰਗ ਕਰ ਰਹੀ ਹੈ। ਕਾਂਗਰਸ ਪਾਰਟੀ ਦੇ ਦਬਾਅ ਥੱਲੇ ਜਿਹੜਾ ਅੱਜ ਪੁਲਿਸ ਸਟੇਸ਼ਨ ਚੱਲਦੇ ਨੇ ਤੇ ਅਸੀਂ ਇਹ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦੇ ਹਾਂ ਕਿ ਅਗਰ ਸਰਕਾਰ ਦੀਆਂ ਤੁਸੀਂ ਦੁਆ ਚ ਆ ਕੇ ਇਸ ਤਰ੍ਹਾਂ ਪਰਚੇ ਕਰੋਗੇ ਜਿੱਥੇ ਸਾਨੂੰ ਲੋੜ ਪਊਗੀ ਅਸੀਂ ਆਪਣੀ ਅਲਾਇੰਸ ਪਾਰਟੀ ਨਾਲ ਖੜੇ ਹੋਵਾਂਗੇ। ਪੁਲਿਸ ਸਟੇਸ਼ਨ ਜਿਹੜੇ ਆ ਅੱਜ ਕਾਂਗਰਸ ਪਾਰਟੀ ਦਾ ਇੱਕ ਜਿਹੜਾ ਪੁਲਿਸ ਵਿੰਗ ਬਣ ਕੇ ਰਹਿ ਗਿਆ ਔਰ ਉਹ ਕਾਂਗਰਸ ਪਾਰਟੀ ਦੇ ਵਰਕਰ ਦੇ ਰੂਪ 'ਚ ਹੀ ਕੰਮ ਕਰ ਰਹੇ ਨੇ ਔਰ ਇਹਦੀ ਜਿੰਦਾ ਮਿਸਾਲ ਜਿਹੜੀ ਆ ਵਰਕਰਾਂ ਨੂੰ ਕਾਰਕੁਨਾਂ ਨੂੰ ਜਿਹੜਾ ਉਹ ਤੰਗ ਕੀਤਾ ਜਾ ਰਿਹਾ ਔਰ ਤੰਗ ਕਰਨ ਦਾ ਮਕਸਦ ਸਿਰਫ ਆਪਣੀ ਜਿਹੜੀ ਸੋਤੀ ਤੌਸ ਕਹਿ ਸਕਦੇ ਹਾਂ ਉਹ ਦਿਖਾਲਣਾ ਹੈ ਔਰ ਪ੍ਰਸ਼ਾਸਨ ਨੂੰ ਵਾਰਨ ਵੀ ਕਰਦਾ ਹੈ ਕਿ ਆਪਣੀਆਂ ਹਰਕਤਾਂ ਤੋਂ ਬਾਅਦ ਨਾ ਆਏ ਅਤੇ ਪਾਰਟੀ ਜਿਹੜਾ ਬਹੁਤ ਸਖ਼ਤ ਡਿਸੀਜਨ ਲੈ ਗਈ। ਬੀਤੀ ਰਾਤ ਫਵਾੜਾ ਦੇ ਚਾਚੌਕੀ ਵਿਖੇ ਕਾਂਗਰਸੀ ਅਤੇ ਭਾਜਪਾ ਦੋ ਧੜਿਆਂ ਦਰਮਿਆਨ ਹੋਏ ਝਗੜੇ ਤੋਂ ਬਾਅਦ ਪੁਲਿਸ ਵੱਲੋਂ ਭਾਜਪਾ ਦੇ ਮੰਡਲ ਪ੍ਰਧਾਨ ਪਰਮਜੀਤ ਚਾਚੌਕੀ ਨੂੰ ਗ੍ਰਿਫਤਾਰ ਕਰਕੇ ਸਾਰੀ ਰਾਤ ਥਾਣੇ ਰੱਖਣ ਤੋਂ ਬਾਅਦ ਵੱਖ ਵੱਖ ਧਾਰਾਵਾਂ ਹੇਠ ਪਰਚਾ ਦਰਜ ਕੀਤਾ ਗਿਆ ਸੀ ਜਿਸ ਦੇ ਵਿਰੋਧ ਵਿੱਚ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਖ਼ਤ ਵਿਰੋਧ ਜਤਾਇਆ ਜਾ ਰਿਹਾ ਹੈ ਜਿਸ ਤਹਿਤ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਦੀ ਪ੍ਰਧਾਨਗੀ ਹੇਠ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਜਿੱਥੇ ਵੱਖ ਵੱਖ ਆਗੂਆਂ ਨੇ ਪ੍ਰਸ਼ਾਸਨ ਨੂੰ ਸਖ਼ਤ ਸ਼ਬਦਾਂ ਵਿੱਚ ਚੇਤਾਵਨੀ ਵੀ ਦਿੱਤੀ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਕਪੂਰਥਲਾ ਤੋਂ ਯੂਥ ਪ੍ਰਧਾਨ ਰਣਜੀਤ ਸਿੰਘ ਖੁਰਾਣਾ ਨੇ ਕਿਹਾ ਕਿ ਸਾਰੀ ਦੁਨੀਆ ਕੋਰੋਨਾ ਨਾਲ ਲੜ ਰਹੀ ਹੈ ਤੇ ਦੂਜੇ ਪਾਸੇ ਸਰਕਾਰ ਦੇ ਦਬਾਅ ਹੇਠ ਪਰਚੇ ਦਰਜ ਕੀਤੇ ਜਾ ਰਹੇ ਹਨ। ਜਿੱਥੇ ਅੱਜ ਸਾਰੀ ਦੁਨੀਆ ਕੋਰੋਨਾ ਵਾਇਰਸ ਨਾਲ ਲੜ ਰਹੀ ਆ ਉੱਥੇ ਬੜੀ ਸ਼ਰਮ ਦੀ ਗੱਲ ਆ ਕਿ ਸਾਡੇ ਫਵਾੜੇ ਤੋਂ ਸਾਡੀ ਅਲਾਇੰਸ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਪਰਮਜੀਤ ਪੰਮਾ ਜੀ 'ਤੇ ਪਰਚਾ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਇਸ ਦੀ ਕੋਰ ਨਿੰਦਾ ਕਰਦਾ ਅਤੇ ਅਸੀਂ ਇਹ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦੇ ਹਾਂ ਕਿ ਅਗਰ ਸਰਕਾਰ ਦੀਆਂ ਤੁਸੀਂ ਦੁਆ 'ਚ ਆ ਕੇ ਇਸ ਤਰ੍ਹਾਂ ਪਰਚੇ ਕਰੋਗੇ ਜਿੱਥੇ ਸਾਨੂੰ ਲੋੜ ਪਊਗੀ ਅਸੀਂ ਆਪਣੀ ਅਲਾਇੰਸ ਪਾਰਟੀ ਨਾਲ ਖੜੇ ਹੋਵਾਂਗੇ। ਰਜੇਸ਼ ਬਾਗਾ ਨੇ ਬੋਲਦਿਆਂ ਕਿਹਾ ਕਿ ਮੰਡਲ ਪ੍ਰਧਾਨ ਪਰਮਜੀਤ ਚਾਚੌਕੀ 'ਤੇ ਝੂਠਾ ਪਰਚਾ ਦਰਜ ਕੀਤਾ ਗਿਆ ਹੈ ਜਿਸ ਦੀ ਉਹ ਸਖ਼ਤ ਨਿੰਦਾ ਕਰਦੇ ਹਨ। ਸਾਡੇ ਪਰਮਜੀਤ ਪੰਮਾ ਜਿਹੜੇ ਮੰਡਲ ਪ੍ਰਧਾਨ ਆ ਉਹਨਾਂ ਦੇ ਰਾਤ ਨੂੰ ਪੁਲਿਸ ਨੇ ਝੂਠਾ ਪਰਚਾ ਦੇ ਦਿੱਤਾ ਬਲਕਿ ਉਹਨਾਂ ਦੇ ਘਰ ਆ ਕੇ ਕੁਛ ਸ਼ਰਾਰਤੀਆਂ ਲੋਕਾਂ ਨੇ ਉਹਨਾਂ ਨੂੰ ਗਲਤ ਗੱਲਾਂ ਕਹੀਆਂ ਅਤੇ ਉਸ ਤੋਂ ਬਾਅਦ ਉਹਨਾਂ ਦੇ ਹੀ ਪਰਚਾ ਦੇ ਦਿੱਤਾ। ਮੈਨੂੰ ਲੱਗਦਾ ਹੈ ਕਾਂਗਰਸ ਕੋਰੋਨਾ ਦੀ ਆੜ ਵਿੱਚ ਸਾਡੇ ਜਿਹੜੇ ਜ਼ਿੰਮੇਵਾਰ ਲੀਡਰ ਆ ਉਹਨਾਂ ਨੂੰ ਤੰਗ ਕਰ ਰਹੀ ਆ। ਇੱਕ ਜਗ੍ਹਾ ਨਹੀਂ ਪੂਰੇ ਪੰਜਾਬ 'ਚ ਇਸ ਤਰ੍ਹਾਂ ਹੋ ਰਹੀ ਆ, ਅਸੀਂ ਨਿੰਦਾ ਵੀ ਕਰਦੇ ਹਾਂ ਅਤੇ ਸਰਕਾਰ ਨੂੰ ਇਹ ਵੀ ਅਪੀਲ ਕਰਦੇ ਹਾਂ ਕਿ ਇਹ ਝੂਠੇ ਪਰਚੇ ਕੈਂਸਲ ਕਰੇ। ਇਸੇ ਤਰ੍ਹਾਂ ਭਾਜਪਾ ਦੇ ਸੀਨੀਅਰ ਲੀਡਰ ਤੇ ਸਾਬਕਾ ਮੰਤਰੀ ਵਿਜੇ ਸਾਂਪਲਾ ਨੇ ਵੀ ਸਖ਼ਤ ਸ਼ਬਦਾਂ ਵਿੱਚ ਵਿਰੋਧ ਜਤਾਇਆ ਹੈ। ਉਹਨਾਂ ਕਿਹਾ ਕਿ ਪੁਲਿਸ ਅਫਸਰ ਕਾਂਗਰਸ ਦੇ ਵਰਕਰ ਬਣ ਕੰਮ ਕਰ ਰਹੇ ਹਨ। ਸਾਂਪਲਾ ਨੇ ਪ੍ਰਸ਼ਾਸਨ ਨੂੰ ਵਾਰਨਿੰਗ ਦਿੰਦਿਆਂ ਇਹ ਵੀ ਕਿਹਾ ਕਿ ਉਹ ਪੰਜਾਬ ਪ੍ਰਧਾਨ ਅਸ਼ਵਨੀ ਕੁਮਾਰ ਨਾਲ ਸਲਾਹ ਕਰਕੇ ਪਾਰਟੀ ਵੱਲੋਂ ਸਖ਼ਤ ਫੈਸਲਾ ਲੈਣਗੇ। ਸਾਨੂੰ ਅੱਜ ਸਵੇਰੇ ਖ਼ਬਰ ਮਿਲੀ ਸੀ ਕਿ ਸਾਡੇ ਪਾਰਟੀ ਦੇ ਮੰਡਲ ਪ੍ਰਧਾਨ ਦੇ ਉੱਤੇ ਕੱਲ੍ਹ ਪੁਲਿਸ ਪ੍ਰਸ਼ਾਸਨ ਵੱਲੋਂ ਬੜੀ ਧੱਕੇਸ਼ਾਹੀ ਕੀਤੀ ਗਈ ਔਰ ਜਦੋਂ ਅਸੀਂ ਉਹਨਾਂ ਨੂੰ ਆਣ ਕੇ ਅੱਜ ਆਪਣੇ ਮੰਡਲ ਪ੍ਰਧਾਨ ਨੂੰ ਮਿਲੇ ਵੀ ਹਾਂ ਤਾਂ ਉਹਨਾਂ ਨੇ ਦੱਸਿਆ ਕਿ ਉਹਦੇ ਘਰ ਆਣ ਕੇ ਹਮਲਾ ਕੀਤਾ ਔਰ ਉਲਟਾ ਸਾਡੇ ਹੀ ਮੰਡਲ ਪ੍ਰਧਾਨ ਦੇ ਉੱਤੇ ਪਰਚਾ ਕਰਤਾ ਔਰ ਇਹ ਇੱਕ ਬਹੁਤ ਵੱਡਾ ਨਿੰਦਣਯੋਗ ਵੀ ਆ ਔਰ ਅਸੀਂ ਇੱਥੇ ਦੱਸਣਾ ਚਾਹੁੰਦੇ ਹਾਂ ਕਿ ਤੁਹਾਡੇ ਮਾਧਿਅਮ ਦੇ ਨਾਲ ਕਿ ਪੂਰੀ ਪਾਰਟੀ ਆਪਣੇ ਮੰਡਲ ਪ੍ਰਧਾਨ ਦੇ ਨਾਲ ਖੜੀ ਹੈ ਔਰ ਪ੍ਰਸ਼ਾਸਨ ਦੇ ਸਰਕਾਰ ਦੇ ਦਬਾਅ ਥੱਲੇ ਜਿਹੜਾ ਕਾਂਗਰਸ ਪਾਰਟੀ ਦੇ ਦਬਾਅ ਥੱਲੇ ਜਿਹੜਾ ਅੱਜ ਪੁਲਿਸ ਸਟੇਸ਼ਨ ਚੱਲਦੇ ਨੇ ਔਰ ਅਸੀਂ ਪਹਿਲਾਂ ਵੀ ਕਹਿੰਦੇ ਰਹੇ ਹਾਂ ਕਿ ਵੀ ਪੁਲਿਸ ਸਟੇਸ਼ਨ ਜਿਹੜੇ ਆ ਅੱਜ ਕਾਂਗਰਸ ਪਾਰਟੀ ਦਾ ਇੱਕ ਜਿਹੜਾ ਪੁਲਿਸ ਵਿੰਗ ਬਣ ਕੇ ਰਹਿ ਗਿਆ ਕਾਂਗਰਸ ਪਾਰਟੀ ਦਾ, ਜਿੱਦਾਂ ਯੁਵਾ ਮੋਰਚਾ ਇਸਤਰੀ ਵਿੰਗ ਵਗੈਰਾ ਹੁੰਦੇ, ਇਸ ਤਰ੍ਹਾਂ ਇੱਕ ਪੁਲਿਸ ਵਿੰਗ ਬਣ ਕੇ ਰਹਿ ਗਿਆ ਇੱਕ ਜਿਹੜੇ ਜਿੰਨੇ ਵੀ ਥਾਣੇ ਨੇ ਔਰ ਉਹ ਕਾਂਗਰਸ ਪਾਰਟੀ ਦੇ ਵਰਕਰ ਦੇ ਰੂਪ 'ਚ ਹੀ ਕੰਮ ਕਰ ਰਹੇ ਨੇ ਔਰ ਇਹਦੀ ਜਿੰਦਾ ਮਿਸਾਲ ਜਿਹੜੀ ਆ ਅੱਜ ਪਰਮਜੀਤ ਸਿੰਘ ਜਿਹੜਾ ਸਾਡੇ ਮੰਡਲ ਪ੍ਰਧਾਨ ਆ ਔਰ ਇਕੱਲਾ ਇੱਥੇ ਫਗਵਾੜਾ ਹੀ ਨਹੀਂ, ਜਲੰਧਰ ਹੈ, ਹੁਸ਼ਿਆਰਪੁਰਾ ਔਰ ਅਸੀਂ ਦੇਖੀਏ ਜਾ ਕੇ ਅਤੇ ਪੂਰੇ ਪੰਜਾਬ ਦੇ ਵਿੱਚ ਨਜਾਇਜ਼ ਪਰਚੇ ਕਰਕੇ ਭਾਰਤੀ ਜਨਤਾ ਪਾਰਟੀ ਔਰ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵਰਕਰਾਂ ਨੂੰ ਕਾਰਕੁਨਾਂ ਨੂੰ ਜਿਹੜਾ ਉਹ ਤੰਗ ਕੀਤਾ ਜਾ ਰਿਹਾ ਔਰ ਤੰਗ ਕਰਨ ਦਾ ਮਕਸਦ ਸਿਰਫ ਆਪਣੀ ਜਿਹੜੀ ਸੋਤੀ ਤੌਸ ਕਹਿ ਸਕਦੇ ਹਾਂ ਉਹ ਦਿਖਾਲਣਾ ਹੈ। ਸੋ ਭਾਰਤੀ ਜਨਤਾ ਪਾਰਟੀ ਦੇ ਤੌਰ 'ਤੇ ਮੈਂ ਪੂਰਵ ਪ੍ਰਦੇਸ਼ ਅਧਿਕਸ਼ ਦੇ ਤੌਰ 'ਤੇ ਇਸ ਸਾਰੀ ਘਟਨਾ ਦੀ ਨਿੰਦਾ ਵੀ ਕਰਦਾ ਔਰ ਪ੍ਰਸ਼ਾਸਨ ਨੂੰ ਵਾਰਨ ਵੀ ਕਰਦਾ ਕਿ ਆਪਣੀਆਂ ਹਰਕਤਾਂ ਤੋਂ ਬਾਅਦ ਨਾ ਆਏ ਅਤੇ ਪਾਰਟੀ ਜਿਹੜਾ ਬਹੁਤ ਸਖ਼ਤ ਡਿਸੀਜਨ ਲੈ ਗਈ। ਇਹਦੇ ਲਈ ਮੈਂ
अश्विनी शर्मा जी जो साढ़े पंजाब प्रधान ने उन्होंने बैठ के भी यदि गल की है और वही ये क्योंकि लॉकडाउन होने करके थोड़ी जी एक समस्या कर्फ्यू के करके भी आ रही पर असं ये जल्द ही रणनीति तैयार करके एक्शन। फगवाड़ा तो यश शर्मा की रिपोर्ट। देख रहे हो सांझ टीवी न्यूज़ पोर्टल।